ਇੱਕ ਅਲਟੋ ਕਾਰ ਨੰਬਰ HR 5151 AC 7623 ਨੂੰ ਰੋਕ ਦੇ ਵਿੱਚੋਂ ਦੋ ਜਣੇ ਸੀ, ਇੱਕ ਸੁਖਦੀਪ ਸਿੰਘ ਉਰਫ ਜਸ਼ਨ ਅਤੇ ਉਹਦੇ ਨਾਲ ਇੱਕ ਲੇਡੀ ਸੀਗੀ, ਉਹਦਾ ਨਾਮ ਸੱਤੋ, ਪਤਨੀ ਮਾਲੀ, ਝੋਰੜ ਜ਼ਿਲ੍ਹਾ ਮੁਕਤਸਰ ਦੀ ਰਹਿਣ ਵਾਲੀ ਸੀਗੀ। ਉਹਨਾਂ ਦੇ ਕਾਰ ਦੇ ਵਿੱਚੋਂ 30 ਕਿਲੋ ਜਿਹੜਾ ਹੈਗਾ ਪੋਪੀਅਸਕ ਡੋਡੇ ਜਿਹੜੇ ਬਰਾਮਦ ਹੋਏ ਆ, ਇਹਨਾਂ ਦੋਨਾਂ ਨੂੰ ਅਰੈਸਟ ਕਰ ਲਿਆ, ਅਰੈਸਟ ਕਰਕੇ ਨਾ ਬਰਾਮਦਗੀ ਹੋ ਚੁੱਕੀ ਹੈ। ਫਰੀਦਕੋਟ ਪੁਲਿਸ ਨੇ ਇੱਕ ਔਰਤ ਅਤੇ ਇੱਕ ਆਦਮੀ ਨੂੰ 30 ਕਿਲੋ ਪੋਸਟ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਉਹਨਾਂ ਵੱਲੋਂ ਨਾਕੇਬੰਦੀ ਕੀਤੀ ਗਈ ਸੀ, ਜਿਸ ਦੌਰਾਨ ਉਹਨਾਂ ਵੱਲੋਂ ਇੱਕ ਆਲਟੋ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਰ ਚਾਲਕ ਮੌਕੇ ਤੋਂ ਕਾਰ ਛੱਡ ਕੇ ਫਰਾਰ ਹੋਣ ਲੱਗਾ ਤਾਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਉੱਥੇ ਹੀ ਕਾਰ ਦੀ ਅਗਲੀ ਸੀਟ ਉੱਤੇ ਇੱਕ ਗੱਟਾ ਪਿਆ ਮਿਲਿਆ ਅਤੇ ਨਾਲ ਹੀ ਕਾਰ ਦੀ ਪਿਛਲੀ ਸੀਟ ਉੱਤੇ ਇੱਕ ਮਹਿਲਾ ਬੈਠੀ ਸੀ, ਜਿਸ ਕੋਲ ਵੀ 2 ਗੱਟੇ ਪਏ ਸਨ। ਤਲਾਸ਼ੀ ਦੌਰਾਨ ਪਾਇਆ ਗਿਆ ਕਿ ਇਹਨਾਂ ਤਿੰਨਾਂ ਕੋਲੋਂ ਤਕਰੀਬਨ 30 ਕਿਲੋਗ੍ਰਾਮ ਡੋਡੇ ਪੋਸਤ ਬਰਾਮਦ ਹੋਏ ਹਨ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੱਲ੍ਹ ਪੰਜਾਬ ਮਾਰਬਲ ਵਾਲੀ ਗਲੀ ਕੋਟਪੁਰਾ ਰੋਡ ਫਰੀਦਕੋਟ 'ਤੇ ਇੱਕ ਅਲਟੋ ਕਾਰ ਨੰਬਰ HR 5151 AC 7623 ਨੂੰ ਰੋਕ ਕੇ ਉਹਦੇ ਵਿੱਚੋਂ ਦੋ ਜਣੇ ਸੀ, ਇੱਕ ਸੁਖਦੀਪ ਸਿੰਘ ਉਰਫ ਜਸ਼ਨ ਪੁੱਤਰ ਪ੍ਰਿਥੀ ਸਿੰਘ ਵਾਸੀ ਘੁਗਿਆਣਾ ਅਤੇ ਉਹਦੇ ਨਾਲ ਇੱਕ ਲੇਡੀ ਸੀਗੀ, ਉਹਦਾ ਨਾਮ ਸੱਤੋ, ਪਤਨੀ ਮਾਲੀ, ਝੋਰੜ ਜ਼ਿਲ੍ਹਾ ਮੁਕਤਸਰ ਦੀ ਰਹਿਣ ਵਾਲੀ ਸੀਗੀ। ਉਹਨਾਂ ਦੇ ਕਾਰ ਦੇ ਵਿੱਚੋਂ 30 ਕਿਲੋ ਜਿਹੜਾ ਹੈਗਾ ਪੋਪੀਅਸਕ ਡੋਡੇ ਜਿਹੜੇ ਬਰਾਮਦ ਹੋਏ ਆ, ਜਿਨ੍ਹਾਂ ਵਿਰੁੱਧ ਇੰਸਪੈਕਟਰ ਸੰਜੀਵ ਕੁਮਾਰ, ਇੰਚਾਰਜ ਐਂਟੀ ਨਾਰਕੋਟਿਕਸ ਸੈੱਲ, ਉਹਨਾਂ ਨੇ ਕਾਰਵਾਈ ਕਰਦੇ ਹੋਏ FIR ਲੌਜ ਕਰਵਾਈ ਹੈ। FIR ਲੌਜ ਕਰਾ ਕੇ ਇਹਨਾਂ ਦੋਨਾਂ ਨੂੰ ਅਰੈਸਟ ਕਰ ਲਿਆ, ਅਰੈਸਟ ਕਰਕੇ ਇਹਨਾਂ ਬਰਾਮਦਗੀ ਹੋ ਚੁੱਕੀ ਹੈ। ਹੁਣ ਇਹਨੂੰ ਪੁੱਛਗਿੱਛ ਜਾਰੀ ਹੈ ਵੀ ਇਹ ਕਿੱਥੋਂ ਇਹਦਾ ਲੈਂਥ ਜੋੜਨੇ ਆ, ਫਾਰਵਰਡ, ਬੈਕ ਫਾਰਵਰਡ ਅਤੇ ਹਾਲੇ ਇਹਨਾਂ ਕੋਲੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਕਰਨ ਤੋਂ ਬਾਅਦ ਜਿਹੜੇ ਹੈਗੇ ਸਾਰੇ ਵੇਅਰ ਬੁੱਕਸ ਜਿਹੜੇ ਸਾਹਮਣੇ ਆਉਣ। ਫਰੀਦਕੋਟ ਤੋਂ ਗਗਨਦੀਪ ਸਿੰਘ ਦੀ ਰਿਪੋਰਟ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕੀਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ